ਕੀ ਤੁਸੀਂ ਕਦੇ ਇੰਨਾ ਵੱਡਾ ਕੀੜਾ ਦੇਖਿਆ ਹੈ? ਇੱਕ ਅਜਿਹੀ ਫਿਲਮ ਜਿਹੜੀ ਅੱਜ ਤੋਂ 100 ਸਾਲ ਬਾਅਦ ਰਿਲੀਜ਼ ਹੋਵੇਗੀ ਤੇ ਇਸ ਆਦਮੀ ਦੀ ਕਹਾਣੀ ਸੁਣਨ ਤੋਂ ਬਾਅਦ ਤੁਸੀਂ 2 ਦਿਨ ਤੱਕ ਖਾਣਾ ਨਹੀਂ ਖਾ ਸਕੋਗੇ। ਕੀ ਤੁਸੀਂ ਕਦੇ ਸੋਚਿਆ ਹੈ ਕਿ ਚਿੜੀਆਂ ਇਸ ਤਰ੍ਹਾਂ ਬਿਜਲੀ ਦੀ ਤਾਰ ਦੇ ਉੱਪਰ ਬੈਠੀਆਂ ਰਹਿੰਦੀਆਂ ਨੇ ਫਿਰ ਵੀ ਇਹਨਾਂ ਨੂੰ ਕਰੰਟ ਕਿਉਂ ਨਹੀਂ ਲੱਗਦਾ? ਚਿੜੀਆਂ ਦੇ ਵਿੱਚ ਖੂਨ ਨਹੀਂ ਹੁੰਦਾ ਤੇ ਫਿਰ ਇਹ ਜਿਉਂਦੀਆਂ ਕਿਵੇਂ ਨੇ? ਅਜਿਹੀ ਰੌਚਕ ਤੱਤ ਚੰਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਇਹ ਇੱਕ ਅਜਿਹੀ ਫਿਲਮ ਹੈ ਜਿਸ ਦਾ ਨਾਮ ਹੈ ਯੂ ਵਿਲ ਨੈਵਰ ਸੀਨ। ਇਹ ਫਿਲਮ ਅੱਜ ਤੋਂ 7 ਸਾਲ ਪਹਿਲਾਂ ਯਾਨੀ ਕਿ 2015 ਦੇ ਵਿੱਚ ਬਣੀ ਸੀ, ਪਰ ਇੱਥੇ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਹੁਣ ਤੋਂ 100 ਸਾਲ ਬਾਅਦ ਯਾਨੀ ਕਿ 2115 ਦੇ ਵਿੱਚ। ਇਸ ਫਿਲਮ ਦੇ ਪ੍ਰੋਡਿਊਸਰ ਨੇ ਇਸ ਫਿਲਮ ਨੂੰ ਇੱਕ ਸੇਫ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ। ਇਹ ਸੇਫ 18 ਨਵੰਬਰ 2115 ਯਾਨੀ ਕਿ ਹੁਣ ਤੋਂ 100 ਸਾਲ ਬਾਅਦ ਖੋਲ੍ਹਿਆ ਜਾਵੇਗਾ। ਇਹ ਜਿਹੜਾ ਤੁਸੀਂ ਇਹ ਕੀੜਾ ਦੇਖ ਰਹੇ ਹੋ ਇਹ ਇੱਕ ਅਨਜਾਈਨ ਸੈਂਟੀਪੈਡ ਹੈ ਜਿਹੜਾ ਕਿ ਨਾਰਮਲ ਥਾਵਾਂ ਦੇ ਉੱਪਰ ਤਾਂ 1 ਸੈਂਟੀਮੀਟਰ ਦਾ ਹੀ ਹੁੰਦਾ ਹੈ, ਪਰ ਐਮਾਜ਼ਨ ਦੇ ਜੰਗਲਾਂ ਦੇ ਵਿੱਚ ਮਿਲਣ ਵਾਲਾ ਇਹ ਸੈਂਟੀਪੈਡ 20 ਸੈਂਟੀਮੀਟਰ ਤੱਕ ਲੰਬਾ ਹੋ ਸਕਦਾ ਹੈ। ਤੇ ਐਮਾਜ਼ਨ ਦੇ ਜੰਗਲਾਂ ਦਾ ਸੈਂਟੀਪੈਡ ਇੰਨਾ ਜ਼ਿਆਦਾ ਤਾਕਤਵਰ ਹੁੰਦਾ ਹੈ ਕਿ ਇਹ ਛੋਟੇ ਜਾਨਵਰਾਂ ਨੂੰ ਵੀ ਖਾ ਜਾਂਦਾ ਹੈ। ਇਸ ਫੋਟੋ ਨੂੰ ਹੁਣ ਤੁਸੀਂ ਧਿਆਨ ਦੇ ਨਾਲ ਦੇਖੋ ਤੇ ਦੱਸਣ ਦੀ ਕੋਸ਼ਿਸ਼ ਕਰੋ ਕਿ ਇਹ ਕੀ ਚੀਜ਼ ਹੈ। ਆਪਣੇ ਵਿੱਚ ਜ਼ਿਆਦਾਤਰ ਲੋਕਾਂ ਦਾ ਜਵਾਬ ਇਹੀ ਹੋਵੇਗਾ ਕਿ ਇਹ ਅੱਧੀ ਪਾੜੀ ਹੋਈ ਫੋਟੋ ਹੈ। ਤੁਸੀਂ ਯਕੀਨ ਨਹੀਂ ਕਰੋਗੇ ਕਿ ਇਹ ਕੋਈ ਫੋਟੋ ਨਹੀਂ ਬਲਕਿ ਪੇਂਟਿੰਗ ਹੈ। ਇਸ ਪੇਂਟਿੰਗ ਨੂੰ ਇੰਨੀ ਜ਼ਿਆਦਾ ਡਿਟੇਲ ਦੇ ਨਾਲ ਬਣਾਇਆ ਗਿਆ ਹੈ ਕਿ ਕੋਈ ਦੱਸ ਹੀ ਨਹੀਂ ਸਕਦਾ ਕਿ ਇਹ ਪੇਂਟਿੰਗ ਹੈ ਜਾਂ ਤਸਵੀਰ ਹੈ। ਕੀ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਫੇਸਬੁੱਕ ਦੇ 6 ਲੱਖ ਅਕਾਊਂਟ ਨੂੰ ਹੈਕਰਾਂ ਵੱਲੋਂ ਹੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ 6 ਲੱਖ ਦੇ ਵਿੱਚੋਂ 1 ਲੱਖ ਅਕਾਊਂਟ ਨੂੰ ਤਾਂ ਉਹ ਹਰ ਰੋਜ਼ ਹੈਕ ਕਰ ਹੀ ਲੈਂਦੇ ਨੇ। ਕੀ ਤੁਸੀਂ ਇਹ ਛੋਟੀ ਜਿਹੀ ਚੀਜ਼ ਇਸ ਮੱਖੀ ਦੇ ਹੱਥ ਵਿੱਚ ਦੇਖ ਸਕਦੇ ਹੋ? ਇਹ ਦੁਨੀਆ ਦੀ ਸਭ ਤੋਂ ਛੋਟੀ ਬੁੱਕ ਹੈ ਜਿਸ ਦਾ ਸਾਈਜ਼ ਇੱਕ ਨਮਕ ਦੇ ਕਣ ਤੋਂ ਵੀ ਛੋਟਾ ਹੈ। ਤੁਸੀਂ ਯਕੀਨ ਨਹੀਂ ਕਰੋਗੇ, ਇਸ ਛੋਟੀ ਜਿਹੀ ਬੁੱਕ ਦੇ ਵਿੱਚ 30 ਪੇਜ ਹਨ ਜਿਨ੍ਹਾਂ ਦੇ ਉੱਪਰ ਕੁਝ ਨਾ ਕੁਝ ਲਿਖਿਆ ਹੋਇਆ ਹੈ ਤੇ ਇਸ ਕਿਤਾਬ ਦੇ ਕੁਝ ਪੇਜਾਂ ਦੇ ਉੱਪਰ ਤਾਂ ਡਰਾਇੰਗ ਵੀ ਕੀਤੀ ਹੋਈ ਹੈ। ਕੀ ਤੁਹਾਨੂੰ ਪਤਾ ਹੈ ਕਿ ਹੈਂਕੋਈ ਨਾਮ ਦੀ ਇੱਕ ਅਜਿਹੀ ਮੱਛੀ ਹੈ ਜਿਸ ਦੀ ਔਸਤਨ ਯਾਨੀ ਕਿ ਐਵਰੇਜ ਉਮਰ 225 ਸਾਲ ਹੈ? ਮਤਲਬ ਕਿ ਇਹ ਪ੍ਰਜਾਤੀ ਦੀਆਂ ਜ਼ਿਆਦਾਤਰ ਮੱਛੀਆਂ 225 ਸਾਲ ਤੱਕ ਜਿਉਂਦੀਆਂ ਰਹਿੰਦੀਆਂ ਨੇ। ਅਮਰੀਕਾ ਦੀ ਨਿਊਯਾਰਕ ਸਿਟੀ ਦੇ ਵਿੱਚ ਇੰਟਰਨਲ ਫੇਲ ਫਾਲਸ ਨਾਮ ਦਾ ਇੱਕ ਵਾਟਰਫਾਲ ਹੈ। ਇਸ ਝਰਨੇ ਦੇ ਥੱਲੇ ਇੱਕ ਛੋਟੀ ਜਿਹੀ ਗੁਫਾ ਬਣੀ ਹੋਈ ਹੈ ਜਿਸ ਦੇ ਵਿੱਚੋਂ ਕੁਦਰਤੀ ਗੈਸ ਰਿਸਦੀ ਰਹਿੰਦੀ ਹੈ। ਇਸ ਗੁਫਾ ਦੇ ਵਿੱਚ ਜ਼ਿਆਦਾਤਰ ਸਮੇਂ ਅੱਗ ਲੱਗੀ ਰਹਿੰਦੀ ਹੈ ਤੇ ਬਾਹਰ ਤੋਂ ਇਹ ਗੁਫਾ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ। ਇੱਕ ਰਿਪੋਰਟ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਕਾਕਰੋਚ ਹੁੰਦੇ ਨੇ ਜੇਕਰ ਉਹ ਗਲਤੀ ਦੇ ਨਾਲ ਇਨਸਾਨਾਂ ਨੂੰ ਟੱਚ ਕਰ ਜਾਣ ਜਾਂ ਕਾਕਰੋਚ ਕਿਸੇ ਵੀ ਤਰ੍ਹਾਂ ਨਾਲ ਸਾਡੇ ਕੰਟੈਕਟ ਦੇ ਵਿੱਚ ਆ ਜਾਣ ਤਾਂ ਇਹ ਕਾਕਰੋਚ ਪੂਰੀ ਤਰ੍ਹਾਂ ਦੇ ਨਾਲ ਆਪਣੇ ਸਰੀਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਨਸਾਨਾਂ ਦੇ ਟੱਚ ਕਰਨ ਤੋਂ ਬਾਅਦ ਉਹਨਾਂ ਦਾ ਸਰੀਰ ਗੰਦਾ ਹੋ ਗਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਂਡੇ ਨੂੰ ਇਸ ਤਰ੍ਹਾਂ ਦੋਨੇ ਸਾਈਡ ਤੋਂ ਘੁੱਟ ਕੇ ਕਦੇ ਵੀ ਨਹੀਂ ਤੋੜ ਸਕਦੇ? ਤੁਸੀਂ ਅੱਜ ਤੱਕ ਕਈ ਤਰ੍ਹਾਂ ਦੇ ਮੱਛਰ ਦੇਖੇ ਹੋਣਗੇ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਮੱਛਰ 1 ਸੈਕਿੰਡ ਦੇ ਵਿੱਚ 500 ਵਾਰ ਆਪਣੇ ਖੰਭਾਂ ਨੂੰ ਫੜਫੜਾ ਸਕਦੇ ਨੇ? ਤੁਸੀਂ ਇਹ ਜਿਹੜੀ ਚੀਜ਼ ਦੇਖ ਰਹੇ ਹੋ ਇਹ ਕੁਝ ਹੋਰ ਨਹੀਂ ਬਲਕਿ ਮਹਾਸਾਗਰਾਂ ਦੇ ਵਿੱਚ ਇਨਸਾਨਾਂ ਵੱਲੋਂ ਸਿੱਟਿਆ ਗਿਆ ਕਚਰਾ ਹੈ ਤੇ ਇਹ ਕਿਸੇ ਵੱਡੇ ਸ਼ਹਿਰ ਜਿੰਨੀ ਜਗ੍ਹਾ ਦੇ ਵਿੱਚ ਫੈਲਿਆ ਹੋਇਆ ਹੈ। ਤੁਸੀਂ ਸਾਰਿਆਂ ਨੇ ਪੈਪਸੀ ਕੰਪਨੀ ਬਾਰੇ ਤਾਂ ਸੁਣਿਆ ਹੀ ਹੋਵੇਗਾ, ਪਰ ਕੀ ਤੁਸੀਂ ਮੰਨੋਗੇ ਕਿ ਜਦੋਂ ਪੈਪਸੀ ਕੰਪਨੀ ਬਣੀ ਸੀ ਤਾਂ ਉਦੋਂ ਇਸ ਦਾ ਨਾਮ ਬ੍ਰੈਡ ਸਟਿੰਗ ਸੀ? ਇਸ ਤੋਂ 5 ਸਾਲ ਬਾਅਦ ਇਸ ਦਾ ਨਾਮ ਬਦਲ ਕੇ ਪੈਪਸੀ ਕੋਲਾ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਪੈਪਸੀ ਨਾਮ ਦਾ ਆਈਡੀਆ ਡਾਈਜੈਸਟਿਕ ਐਂਜਾਈਮ ਤੋਂ ਮਿਲਿਆ ਸੀ। ਮਲੇਸ਼ੀਆ ਦੀ ਨੈਸ਼ਨਲ ਡਰਿੰਕ 3 ਤਾਰੀਕ ਹੈ। ਇਹ ਇੱਕ ਅਜਿਹੀ ਚਾਹ ਹੁੰਦੀ ਹੈ ਜਿਸ ਨੂੰ 1 ਕੱਪ ਦੇ ਵਿੱਚੋਂ ਦੂਜੇ ਕੱਪ ਦੇ ਵਿੱਚ 3 ਫੁੱਟ ਦੀ ਉਚਾਈ ਤੋਂ ਪਾਇਆ ਜਾਂਦਾ ਹੈ। ਅਮਰੀਕਾ ਦੇ ਵਿੱਚ ਜੋਈ ਮੈਥਿਊ ਨਾਮ ਦਾ ਇੱਕ ਆਦਮੀ ਰਹਿੰਦਾ ਸੀ ਜਿਹੜਾ ਕਿ ਉੱਥੇ ਫਾਸਟ ਫੂਡ ਦੀ ਦੁਕਾਨ ਦਾ ਮਾਲਕ ਸੀ। ਇਸ ਨੇ ਆਪਣੇ ਫਾਸਟ ਫੂਡ ਨੂੰ ਟੇਸਟੀ ਬਣਾਉਣ ਦੇ ਲਈ ਇੱਕ ਤਰੀਕਾ ਲੱਭਿਆ ਤੇ ਇਸ ਨੇ ਇਨਸਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਹ ਇਨਸਾਨਾਂ ਦੀਆਂ ਡੈੱਡ ਬੋਡੀਆਂ ਨੂੰ ਕੱਟ ਕੇ ਆਪਣੇ ਖਾਣੇ ਦੇ ਵਿੱਚ ਪਾਉਣ ਲੱਗਾ, ਜਿਸ ਦੇ ਨਾਲ ਉਸਦੇ ਖਾਣੇ ਦਾ ਸਵਾਦ ਵੱਧ ਗਿਆ ਤੇ ਉਸਦੀ ਸੇਲ ਵੀ ਵਧਣ ਲੱਗੀ। ਥੋੜੇ ਹੀ ਸਮੇਂ ਦੇ ਵਿੱਚ ਉਸਨੇ 10 ਲੋਕਾਂ ਨੂੰ ਮਾਰ ਦਿੱਤਾ ਤੇ ਆਖਰਕਾਰ ਉਹ ਪੁਲਿਸ ਦੇ ਅੜਿੱਕੇ ਆ ਗਿਆ। ਜਦੋਂ ਉਸ ਨੂੰ ਕੋਰਟ ਦੇ ਵਿੱਚ ਲਿਜਾਇਆ ਗਿਆ ਤਾਂ ਜੱਜ ਨੇ ਉਸ ਨੂੰ 2 ਲੋਕਾਂ ਦੀ ਮੌਤ ਦੀ ਸਜ਼ਾ ਦੇ ਦਿੱਤੀ, ਪਰ ਇੱਥੇ ਜੋਈ ਕਹਿਣ ਲੱਗਾ ਉਸਨੇ 2 ਨਹੀਂ ਬਲਕਿ 10 ਲੋਕਾਂ ਦਾ ਮਰਡਰ ਕੀਤਾ ਹੈ। ਮਾਸਕੋ ਸ਼ਹਿਰ ਦੇ ਵਿੱਚ ਉੱਥੋਂ ਦੇ ਸਟਰੀਟ ਡੌਗ ਯਾਨੀ ਕਿ ਅਵਾਰਾ ਕੁੱਤੇ ਟ੍ਰੇਨ ਦੀ ਮਦਦ ਦੇ ਨਾਲ 1 ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਇਕੱਲੇ ਚਲੇ ਜਾਂਦੇ ਨੇ। ਇਹ ਦਿਨ ਦਾ ਸਮਾਂ ਆਪਣਾ ਉਹਨਾਂ ਸ਼ਹਿਰਾਂ ਦੇ ਵਿੱਚ ਗੁਜ਼ਾਰਦੇ ਨੇ ਤੇ ਸ਼ਾਮ ਨੂੰ ਫਿਰ ਟ੍ਰੇਨ ਫੜ ਕੇ ਮਾਸਕੋ ਸ਼ਹਿਰ ਦੇ ਵਿੱਚ ਆ ਜਾਂਦੇ ਨੇ। ਇਸ ਤਰ੍ਹਾਂ ਉੱਥੋਂ ਦੇ ਬਹੁਤ ਸਾਰੇ ਕੁੱਤੇ ਰੋਜ਼ਾਨਾ ਕਰਦੇ ਨੇ ਤੇ ਉੱਥੋਂ ਦੇ ਲੋਕਲ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਕੁੱਤਿਆਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਕਿਹੜੀ ਟ੍ਰੇਨ ਕਦੋਂ ਆਉਂਦੀ ਹੈ ਤੇ ਰੋਜ਼ਾਨਾ ਇਹ ਉਸ ਟਾਈਮ ਤੇ ਹੀ ਸਟੇਸ਼ਨ ਉੱਪਰ ਪਹੁੰਚ ਜਾਂਦੇ ਨੇ। ਕੀ ਤੁਹਾਨੂੰ ਪਤਾ ਹੈ ਕਿ ਮੈਕਸੀਕੋ ਦੇ ਵਿੱਚ ਇੱਕ ਜ਼ੋਨ ਆਫ ਸਾਇਲੈਂਸ ਨਾਮ ਦੀ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਤੁਸੀਂ ਕੋਈ ਵੀ ਡਿਵਾਈਸ ਲੈ ਕੇ ਜਾਂਦੇ ਹੋ ਤਾਂ ਇਹ ਚੀਜ਼ ਉੱਥੇ ਜਾ ਕੇ ਖਰਾਬ ਹੋ ਜਾਂਦੀ ਹੈ, ਚਾਹੇ ਫਿਰ ਉਹ ਮੋਬਾਈਲ ਹੋਵੇ ਜਾਂ ਘੜੀ ਹੋਵੇ। ਇਹ ਚੀਜ਼ ਇੱਥੇ ਸਾਲ 1940 ਤੋਂ ਹੁੰਦੀ ਆ ਰਹੀ ਹੈ ਤੇ ਸਾਇੰਸ ਅੱਜ ਵੀ ਇਸ ਦੇ ਪਿੱਛੇ ਦਾ ਕਾਰਨ ਨਹੀਂ ਲੱਭ ਸਕੀ। ਸਾਲ 1982 ਦੇ ਵਿੱਚ ਜਾਪਾਨੀ ਕੰਪਨੀ ਨੇ ਜਾਪਾਨ ਦੇ ਵਿੱਚ ਇੱਕ ਅਜਿਹਾ ਸਕੂਲ ਖੋਲ੍ਹਿਆ ਸੀ ਜਿੱਥੇ ਮੈਥ ਅਤੇ ਸਾਇੰਸ ਨਹੀਂ ਬਲਕਿ ਕਿਵੇਂ ਤੁਸੀਂ ਆਪਣੇ ਆਪ ਨੂੰ ਫਨੀ ਬਣਾ ਸਕਦੇ ਹੋ ਇਹ ਸਿਖਾਇਆ ਜਾਂਦਾ ਸੀ। ਹਰ ਸਾਲ ਹਜ਼ਾਰਾਂ ਲੋਕ ਇਸ ਸਕੂਲ ਦੇ ਵਿੱਚ ਦਾਖਲਾ ਲੈਂਦੇ ਸਨ ਫਨੀ ਬਣਨ ਲਈ। ਜੇਕਰ ਤੁਸੀਂ ਆਪਣੀ ਕਾਰ ਨੂੰ ਧਰਤੀ ਦੇ ਕਿਸੇ
ਜੇਕਰ ਤੁਸੀਂ ਕਿਸੇ ਅਜਿਹੀ ਸਥਿਤੀ ਦੇ ਵਿੱਚ ਫਸੇ ਹੋਏ ਹੋ ਜਿੱਥੇ ਮਗਰਮੱਛ ਨੇ ਤੁਹਾਨੂੰ ਜਵਾੜੇ ਦੀ ਮਦਦ ਨਾਲ ਫੜਿਆ ਹੋਇਆ ਹੈ ਤਾਂ ਤੁਸੀਂ ਉਸ ਤੋਂ ਕਿਵੇਂ ਬਚ ਸਕਦੇ ਹੋ? ਤਾਂ ਇਸ ਟਾਈਮ ਤੇ ਤੁਸੀਂ ਆਪਣੇ ਹੱਥ ਦੇ ਅੰਗੂਠੇ ਨੂੰ ਜ਼ੋਰ ਦੇ ਨਾਲ ਮਗਰਮੱਛ ਦੀ ਅੱਖ ਦੇ ਵਿੱਚ ਮਾਰੋ। ਇਸ ਤਰ੍ਹਾਂ ਕਰਨ ਦੇ ਨਾਲ ਮਗਰਮੱਛ ਤੁਹਾਨੂੰ ਉਸੇ ਟਾਈਮ ਛੱਡ ਦੇਵੇਗਾ ਤੇ ਤੁਹਾਡਾ ਪਿੱਛਾ ਵੀ ਨਹੀਂ ਕਰੇਗਾ। ਇਸ ਦੁਨੀਆ ਦੇ ਵਿੱਚ ਟੋਟਲ 195 ਦੇਸ਼ ਨੇ, ਪਰ ਸੈਂਟ ਲੋਸੀਆ ਹੀ ਇੱਕ ਅਜਿਹਾ ਦੇਸ਼ ਹੈ ਜਿਸ ਦਾ ਨਾਮ ਇੱਕ ਔਰਤ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਦਾ ਇਹ ਨਾਮ ਫ੍ਰੈਂਚ ਲੋਕਾਂ ਨੇ ਰੱਖਿਆ ਸੀ। ਤੁਸੀਂ ਜਿਸ ਔਰਤ ਨੂੰ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਦਾ ਨਾਮ ਰੈਬੇਕਾ ਸ਼ੇਰਲੌਕ ਹੈ। ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਇਸ ਦੀ ਮੈਮਰੀ ਕੰਪੈਸਿਟੀ ਯਾਨੀ ਕਿ ਇਸ ਦੀ ਦਿਮਾਗ ਦੀ ਸਮਰੱਥਾ ਕਿੰਨੀ ਜ਼ਿਆਦਾ ਹੈ। ਤੁਸੀਂ ਇਹਨਾਂ ਨੂੰ ਕਿਸੇ ਵੀ ਦਿਨ ਦੇ ਕਿਸੇ ਵੀ ਮਿੰਟ ਦੇ ਵਿੱਚ ਕੀ ਹੋਇਆ ਸੀ ਪੁੱਛੋਗੇ ਤਾਂ ਇਹ ਸਾਰਾ ਕੁਝ ਤੁਹਾਨੂੰ ਸਹੀ ਸਹੀ ਦੱਸ ਦੇਵੇਗੀ, ਚਾਹੇ ਉਹ ਦਿਨ ਅੱਜ ਤੋਂ 5 ਜਾਂ 10 ਸਾਲ ਪੁਰਾਣਾ ਹੀ ਕਿਉਂ ਨਾ ਹੋਵੇ। ਸਕਿਨੀ ਮਿਰਰ ਨਾਮ ਦੀ ਇੱਕ ਸ਼ੀਸ਼ਿਆਂ ਦੀ ਅਜਿਹੀ ਕੰਪਨੀ ਹੈ ਜਿਹੜੀ ਕਿ ਅਜਿਹੇ ਸ਼ੀਸ਼ੇ ਵੇਚਦੀ ਹੈ ਜਿਸ ਦੇ ਵਿੱਚ ਤੁਹਾਡਾ ਵਜ਼ਨ 4 ਕਿਲੋ ਤੱਕ ਘੱਟ ਦਿਖਾਈ ਦਿੰਦਾ ਹੈ। ਤੁਸੀਂ ਇਸ ਨੂੰ ਇਸ ਫੋਟੋ ਦੇ ਵਿੱਚ ਦੇਖ ਹੀ ਸਕਦੇ ਹੋ। ਇਸ ਸ਼ੀਸ਼ੇ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਜਿਸ ਦੁਕਾਨ ਤੋਂ ਵੀ ਇਹ ਮਿਲਦਾ ਹੈ ਉਸ ਦੀ 50% ਤੋਂ ਵੀ ਵੱਧ ਸੇਲ ਇਹ ਸ਼ੀਸ਼ੇ ਦੇ ਕਾਰਨ ਹੀ ਹੁੰਦੀ ਹੈ। ਸਾਲ 2009 ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਅਜਿਹਾ ਟ੍ਰੈਂਡ ਚੱਲਿਆ ਸੀ ਜਦੋਂ ਕੈਨੇਡਾ ਦੇ ਲੋਕ ਹਰ ਗੱਲ-ਗੱਲ ਦੇ ਉੱਪਰ ਸੌਰੀ ਕਹਿਣ ਲੱਗੇ ਸਨ, ਚਾਹੇ ਫਿਰ ਉਹਨਾਂ ਦੀ ਗਲਤੀ ਹੋਵੇ ਨਾ ਹੋਵੇ ਉਹ ਗੱਲ-ਗੱਲ ਦੇ ਉੱਪਰ ਹੀ ਸੌਰੀ ਕਹਿਣ ਲੱਗੇ ਸਨ ਤੇ ਇਸ ਤਰ੍ਹਾਂ ਉੱਥੇ ਹਰ ਕੋਈ ਬੋਲਣ ਲੱਗ ਗਿਆ ਸੀ। ਤਾਂ ਇਸ ਗੱਲ ਤੋਂ ਕੈਨੇਡਾ ਦੀ ਸਰਕਾਰ ਇੰਨੀ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਉਹਨਾਂ ਨੇ ਅਪੋਲੋਜੀ ਐਕਟ ਬਣਾਇਆ। ਇਹ ਕਾਨੂੰਨ ਉਹਨਾਂ ਨੇ ਇਸ ਲਈ ਬਣਾਇਆ ਤਾਂ ਕਿ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਸਕੇ। ਤੁਸੀਂ ਆਪਣੀ ਸਕਰੀਨ ਦੇ ਉੱਪਰ ਜਿਹੜਾ ਇਹ ਪਿਆਨੋ ਦੇਖ ਰਹੇ ਹੋ ਇਹ ਦੁਨੀਆ ਦਾ ਸਭ ਤੋਂ ਵੱਡਾ ਪਿਆਨੋ ਹੈ। ਇਸ ਨੂੰ ਸਿਰਫ 15 ਸਾਲ ਦੇ ਇੱਕ ਲੜਕੇ ਨੇ ਨਿਊਜ਼ੀਲੈਂਡ ਦੇ ਵਿੱਚ ਬਣਾਇਆ ਸੀ। ਜਿਹੜੀ ਫੋਟੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਫੋਟੋ ਜਾਪਾਨ ਦੀ ਹੈ ਜਦੋਂ ਜਾਪਾਨ ਦੇ ਵਿੱਚ ਹੜ੍ਹ ਆਏ ਸਨ। ਤੇ ਇਹ ਗੱਲ ਕਾਫੀ ਹੈਰਾਨ ਕਰਨ ਵਾਲੀ ਹੈ ਕਿ ਹੜ੍ਹ ਦੇ ਕਾਰਨ ਵੀ ਜਾਪਾਨ ਦੇ ਵਿੱਚ ਤੁਹਾਨੂੰ ਪਾਣੀ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਗੰਦਗੀ ਦੇਖਣ ਨੂੰ ਨਹੀਂ ਮਿਲੇਗੀ। ਕੀ ਤੁਸੀਂ ਇਸ ਗੱਲ ਦੇ ਉੱਪਰ ਯਕੀਨ ਕਰੋਗੇ ਕਿ ਦੁਬਈ ਦੀ ਸਰਕਾਰ ਆਪਣੇ ਨਾਗਰਿਕਾਂ ਦੀ ਸਿਹਤ ਦਾ ਇੰਨਾ ਜ਼ਿਆਦਾ ਖਿਆਲ ਰੱਖਦੀ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਹਰ ਇੱਕ ਕੇਜੀ ਭਾਰ ਘਟਾਉਣ ਤੇ 3 ਗ੍ਰਾਮ ਸੋਨਾ ਦਿੰਦੀ ਹੈ? ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਕੀੜੀਆਂ ਦੇ ਕੋਲ ਸਾਡੇ ਵਰਗਾ ਖੂਨ ਹੁੰਦਾ ਹੈ ਜਾਂ ਨਹੀਂ? ਜੇਕਰ ਕੀੜੀ ਦੇ ਅੰਦਰ ਖੂਨ ਹੁੰਦਾ ਹੈ ਤਾਂ ਜਦੋਂ ਉਸ ਨੂੰ ਮਾਰਿਆ ਜਾਂਦਾ ਹੈ ਤਾਂ ਉਹ ਬਾਹਰ ਕਿਉਂ ਨਹੀਂ ਨਿਕਲਦਾ? ਇੱਥੇ ਤੁਹਾਨੂੰ ਦੱਸ ਦਿੰਨੇ ਹਾਂ ਕਿ ਕੀੜੀਆਂ ਦੇ ਕੋਲ ਸਾਡੇ ਵਰਗਾ ਖੂਨ ਤਾਂ ਹੁੰਦਾ ਹੈ ਪਰ ਉਹਨਾਂ ਕੋਲ ਹੀਮੋਲੋਬਿਨ ਵੀ ਹੁੰਦਾ ਹੈ ਜਿਹੜਾ ਕਿ ਉਹਨਾਂ ਦੇ ਸਰੀਰ ਦੇ ਅੰਦਰ ਸਰਕੂਲੇਟ ਕਰਦਾ ਹੈ। ਇਹ ਹੀਮੋਲੋਬਿਨ ਆਕਸੀਜਨ ਨੂੰ ਨਹੀਂ ਬਲਕਿ ਨਿਊਟ੍ਰੀਸ਼ਨ ਨੂੰ ਕੈਰੀ ਕਰਦਾ ਹੈ ਤੇ ਕੀੜੀ ਦੇ ਸਰੀਰ ਦੇ ਅੰਦਰ ਜਿਹੜੇ ਹੋਲ ਹੁੰਦੇ ਨੇ ਉਹਨਾਂ ਰਾਹੀਂ ਕੀੜੀ ਆਕਸੀਜਨ ਲੈਂਦੀ ਹੈ। ਆਪਾਂ ਆਮ ਹੀ ਸੋਚਦੇ ਰਹਿੰਦੇ ਹਾਂ ਕਿ ਜਿਹੜੇ ਪੰਛੀ ਹੁੰਦੇ ਨੇ ਬਿਜਲੀ ਦੇ ਤਾਰਾਂ ਉੱਪਰ ਬਹਿੰਦੇ ਨੇ ਫਿਰ ਵੀ ਇਹਨਾਂ ਨੂੰ ਕਰੰਟ ਕਿਉਂ ਨਹੀਂ ਲੱਗਦਾ, ਜਦਕਿ ਇਨਸਾਨ ਜੇਕਰ ਉਸ ਤਾਰ ਨੂੰ ਹੱਥ ਲਾਵੇ ਤਾਂ ਉਸ ਨੂੰ ਕਰੰਟ ਲੱਗੇਗਾ? ਇਸ ਦਾ ਪਹਿਲਾ ਜਵਾਬ ਤਾਂ ਇਹ ਹੈ ਕਿ ਜਿਹੜੇ ਪੰਛੀ ਹੁੰਦੇ ਨੇ ਬੈਡ ਕੰਡਕਟਰ ਹੁੰਦੇ ਨੇ ਇਲੈਕਟ੍ਰਿਸਿਟੀ ਦੇ, ਜਿਸ ਦੇ ਕਾਰਨ ਇਹਨਾਂ ਨੂੰ ਕਰੰਟ ਦਾ ਅਸਰ ਨਹੀਂ ਹੁੰਦਾ। ਤੇ ਇਸ ਦਾ ਦੂਜਾ ਕਾਰਨ ਇਹ ਹੈ ਕਿ ਪੰਛੀ ਬਿਜਲੀ ਦੀ ਸਿਰਫ ਇੱਕ ਤਾਰ ਨੂੰ ਹੀ ਟੱਚ ਕਰਦੇ ਨੇ ਤੇ ਇਸ ਦੇ ਨਾਲ ਇਲੈਕਟ੍ਰਿਸਿਟੀ ਨੂੰ ਅਰਥਿੰਗ ਨਹੀਂ ਮਿਲਦੀ ਜਿਸ ਦੇ ਨਾਲ ਇਹਨਾਂ ਨੂੰ ਕਰੰਟ ਨਹੀਂ ਲੱਗਦਾ। ਇਸ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।